किसानों पर दिए कंगना रनौत के बयान का मामला अभी तक शांत नहीं हुआ। खुद उनकी पार्टी के लोग उन्हें माफ करने के मूड में नजर नहीं आ रहे। अब बीजेपी किसान मोर्चा के राष्ट्रीय सचिव ने कंगना के खिलाफ गुस्सा जाहिर करते हुए कहा कि उन्होंने शांति भंग करने की कोशिश की है। सुनिए उन्होंने और क्या कहा। कंगना रनौत ने जेड़ा किसाना प्रति अपशब्द बोले है ਉਹਦੇ 'ਤੇ ਸਾਨੂੰ ਸਾਰਿਆਂ ਨੂੰ ਇਤਰਾਜ਼ ਹੈ। ਮੈਂ ਸੁਖਮਿੰਦਰਪਾਲ ਸਿੰਘ ਗਰੇਵਾਲ ਜੱਟ ਸਿੱਖ ਹਾਂ ਔਰ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਅਨੇਕਾਂ ਜੱਟ ਸਿੱਖ ਕਿਸਾਨੀ ਨਾਲ ਸੰਬੰਧਿਤ ਜਿਹੜੇ ਲੋਕ ਨੇ ਅਤੇ ਇਹ ਕਿੱਥੇ ਲਿਖਿਆ ਵੀ ਸਾਡਾ ਹੀ ਖਾ ਕੇ ਅਤੇ ਸਾਡੇ ਖਿਲਾਫ ਬੋਲੇ। ਨਾਲੇ ਪਾਰਟੀ ਜਿਹੜੀ ਹੈਗੀ ਆ ਉਹ ਇਕੱਲੀ ਕੰਗਣਾ ਦੀ ਨਹੀਂ ਹੈਗੀ। ਕੰਗਣਾ ਤਾਂ ਹੁਣ ਆਈ ਆ, ਇੱਥੇ 32-33 ਸਾਲ ਹੋ ਗਏ ਲੋਕਾਂ ਨੂੰ ਪਾਰਟੀ ਦੇ ਨਾਲ ਜੁੜੇ ਹੋਏ। ਠੀਕ ਹੈ, ਕੰਗਣਾ ਦੇ ਖਿਲਾਫ ਬੋਲਣਾ ਤਾਂ ਨਹੀਂ ਸੀ, ਲੇਕਿਨ ਕਿਸਾਨਾਂ ਪ੍ਰਤੀ ਜਿਹੜੇ ਅਪਸ਼ਬਦ ਬੋਲੇ ਆ, ਔਰ ਇਹ ਵੀ ਕਹਿਣਾ ਵੀ ਮੈਂ ਸਿੱਖ ਹਾਂ, ਸਿੰਘ ਇਜ਼ ਕਿੰਗ, ਸਾਡਾ ਲੈਵਲ ਨਹੀਂ ਹੈਗਾ, ਲੇਕਿਨ ਕੰਗਣਾ ਨੂੰ ਵਰਜਣਾ ਸਾਡਾ ਫਰਜ਼ ਵੀ ਆ ਅਤੇ ਸਾਡਾ ਧਰਮ ਵੀ ਆ। ਮੈਂ ਕੇਂਦਰ ਦੀ ਲੀਡਰਸ਼ਿਪ ਨੂੰ ਵੀ ਕਹੂੰਗਾ ਔਰ ਮੈਂ ਤਾਂ ਇਹ ਕਹਿਣਾ ਹੈਗਾ ਵੀ ਕੰਗਣਾ ਨੇ ਇਹ ਜਿਹੜੇ ਸ਼ਬਦ ਬੋਲ ਕੇ ਪੰਜਾਬ ਦੀ ਜਿਹੜੀ ਹਿੰਦੂ ਸਿੱਖ ਏਕਤਾ, ਜਿਹੜੀ ਪੰਜਾਬ ਦੀ ਸ਼ਾਂਤੀ ਆ, ਉਹਨੂੰ ਭੰਗ ਕਰਨ ਦਾ ਕੋਝਾ ਯਤਨ ਕੀਤਾ। ਇੱਥੇ ਜਦੋਂ ਮਾੜੇ ਹਾਲਾਤ ਸੀ, ਉਹਨੂੰ ਕੀ ਪਤਾ ਵੀ ਇੱਥੇ ਹਿੰਦੂ ਸਿੱਖਾਂ ਦਾ ਹਰ ਵਰਗ ਦਾ ਸਾਂਝਾ ਖੂਨ ਇਸ ਧਰਤੀ 'ਤੇ ਡੁੱਲਿਆ, ਹਜ਼ਾਰਾਂ ਲੋਕਾਂ ਦੀ ਸ਼ਹਾਦਤ ਹੋਈ ਆ। ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਸੀ, ਭਾਰਤੀ ਜਨਤਾ ਪਾਰਟੀ ਦੇ ਵਰਕਰਸ ਵੀ ਸੀ, ਹੋਰਨਾਂ ਪਾਰਟੀਆਂ ਦੇ ਵੀ ਵਰਕਰ ਸੀਗੇ ਔਰ ਅਨੇਕਾਂ ਜਿਹੜੇ ਲੋਕ ਸੀਗੇ ਉਹ ਉਸ ਸਮੇਂ ਉਹਨਾਂ ਦੀ ਸ਼ਹਾਦਤ ਹੋਈ ਹੈ, ਤਾਂ ਪੰਜਾਬ ਜਿਹੜਾ ਹੈਗਾ ਉਹ ਖੜ੍ਹਾ ਹੈਗਾ। ਔਰ ਮੈਂ ਇਹ ਵੀ ਕਹਿਣਾ ਵੀ ਇਹਦੇ ਨਾਲ ਪਾਰਟੀ ਨੂੰ ਵੱਡੀ ਢਾਹ ਲੱਗੀ ਆ, ਉਹ ਇਹੋ ਜਿਹੇ ਅਲਫਾਜ਼ ਵਰਤਣ ਤੋਂ ਗੁਰੇਜ਼ ਕਰੇ। ਪਾਰਟੀ, ਅਸੀਂ ਪਾਰਟੀ ਵੀ ਬਚਾਉਣੀ ਆ, ਅਸੀਂ ਇਕੱਲੀ ਕੰਗਣਾ ਹੀ ਨਹੀਂ ਦੇਖਣੀ ਹੈਗੀ, ਜਿਹੜੀ ਪਾਰਟੀ ਦੇ ਵਿੱਚ ਕਰੋੜਾਂ ਲੋਕਾਂ ਦਾ ਖੂਨ ਪਸੀਨਾ ਮੁੜਕਾ ਵਹਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਇਸ ਲੈਵਲ 'ਤੇ ਆਈ ਔਰ ਉਹਨਾਂ ਦੇ ਮਿਹਨਤ ਸਦਕਾ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਆ। ਜੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਤਾਂ ਉਹਨੂੰ ਸੁਰੱਖਿਆ ਛਤਰੀ ਮਿਲੀ ਹੋਈ ਆ, ਉਹ ਸੁਰੱਖਿਆ ਛਤਰੀ ਦੇ ਵਿੱਚ ਮਟਕ ਮਟਕ ਕੇ ਚੱਲ ਕੇ ਅਪਸ਼ਬਦ ਬੋਲੇ। ਜੇ ਅੱਜ ਕੇਂਦਰ ਸਰਕਾਰ ਵਾਪਸ ਲੈ ਲਵੇ, ਮੈਂ ਕਹਿੰਦਾ ਇਹ ਬੋਲ ਕੇ ਦਿਖਾਓ। ਔਰ ਮੈਂ ਇਹ ਵੀ ਕਹਿਣਾ ਵੀ ਪਰਵਰਿਸ਼ ਦੇ ਵਿੱਚ ਵੀ ਕੋਈ ਕਮੀ ਰਹੀ ਹੈਗੀ ਆ ਉਹਦੇ ਮਾਤਾ ਪਿਤਾ ਵੱਲੋਂ, ਮੈਂ ਸਤਿਕਾਰ ਮਾਤਾ ਪਿਤਾ ਨੂੰ ਵੀ ਕਹੂੰਗਾ ਵੀ ਉਹਨੂੰ ਇਸ ਜਿਹੜੇ ਅਲਫਾਜ਼ ਬੋਲਦੇ ਹੈਗੇ ਆ, ਜਾਂ ਹਮੇਸ਼ਾ ਕਦੇ ਕੋਈ ਚੰਗੀ ਗੱਲ ਕੀਤੀ ਹੈ? ਕਦੇ ਕੋਈ ਕੰਗਣਾ ਨੇ ਚੰਗੀ ਗੱਲ ਕੀਤੀ ਨਹੀਂ। ਨਹੀਂ ਲੱਗਦਾ ਤੁਹਾਨੂੰ ਕਿ ਉਹਦੀ ਫਿਲਮ ਨਹੀਂ ਰਿਲੀਜ਼ ਹੋ ਰਹੀ ਤੇ ਗੁੱਸਾ ਇੱਧਰ ਕੱਢ ਰਹੀ ਹੈ? ਦੇਖੋ, ਫਿਲਮ ਅਲੱਗ ਚੀਜ਼ ਆ, ਕੰਮ ਅਲੱਗ ਚੀਜ਼ ਆ। ਜਿਹੜੀਆਂ ਪਾਰਟੀਆਂ ਹੁੰਦੀਆਂ ਉਹ ਆਮਦਨ ਦਾ ਸਾਧਨ ਨਹੀਂ ਹੁੰਦੀਆਂ, ਉਹ ਜਿਹੜੀ ਜ਼ਹਿਰੀਲੀ ਪਿਕਚਰ ਆ
ਉਹ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜ਼ਹਿਰ ਫੈਲਾਉਣ ਲਈ ਬਣਾਈ ਗਈ ਆ। ਅਤੇ ਮੈਂ ਤਾਂ ਕਹਿੰਦਾ ਨਾ ਤਾਂ ਇਹੋ ਜਿਹੀਆਂ ਪਿਕਚਰਾਂ ਬਣਨੀਆਂ ਚਾਹੀਦੀਆਂ ਅਤੇ ਨਾ ਹੀ ਇਹ ਬਣਨ ਅਤੇ ਨਾ ਹੀ ਇਹ ਲੋਕ ਦੇਖਣ। ਇਹ ਤਾਂ ਫਿਰ ਇਹ ਹੋ ਗਿਆ ਵੀ ਸੈਲਫਿਸ਼ਨੈਸ ਹੋ ਗਈ ਵੀ ਮੈਨੂੰ ਪੈਸੇ ਬਣ ਜਾਣ, ਮੇਰੀ ਪਿਕਚਰ ਚੱਲ ਜਾਵੇ, ਦੁਨੀਆ ਚਾਹੇ ਸਾਰੀ ਉਹ ਚਾਹੇ ਇੱਥੇ ਅਸ਼ਾਂਤੀ ਫੈਲੇ, ਜਿੱਥੇ ਚਾਹੇ ਇੱਥੇ ਮਾੜੇ ਹਾਲਾਤ ਪੱਲਣ ਪੱਲਣ। ਹਮੇਸ਼ਾ ਹੀ ਹਮੇਸ਼ਾ ਜਦੋਂ ਦਾ ਵੀ ਕੰਗਣਾ ਨੇ ਬੋਲਿਆ ਕਿਸਾਨਾਂ ਪ੍ਰਤੀ ਤਾਂ ਹਮੇਸ਼ਾ ਹੀ ਉਹਦੇ ਜਿਹੜੇ ਤੇਵਰ ਸੀਗੇ ਪੰਜਾਬ ਦੇ ਕਿਸਾਨਾਂ ਪ੍ਰਤੀ, ਪੰਜਾਬ ਲਈ ਉਹ ਹਮੇਸ਼ਾ ਮਾੜੇ ਰਹੇ ਆ। ਮੈਂ ਜਿੱਥੇ ਉਹਦੇ ਮਾਤਾ ਪਿਤਾ ਨੂੰ ਕਹੂੰਗਾ, ਉੱਥੇ ਮੰਡੀ ਦੇ ਲੋਕਾਂ ਨੂੰ ਵੀ ਕਹੂੰਗਾ, ਹਿਮਾਚਲ ਵਾਸੀਆਂ ਦਾ ਵੀ ਸਿਰ ਨੀਵਾਂ ਕੀਤਾ ਹੈਗਾ। ਔਰ ਮੈਂ ਨਾਲ ਹੀ ਇਹ ਵੀ ਕਹੂੰਗਾ ਵੀ ਜੇ ਕੰਗਣਾ ਨੂੰ ਟਿਕਟ ਦਿੱਤੀ ਤਾਂ ਸਾਨੂੰ ਇਹ ਦਿਨ ਦੇਖਣੇ ਪਏ, ਇਹੀ ਟਿਕਟ ਕਿਸੇ ਪਾਰਟੀ ਦੇ ਵਰਕਰ ਨੂੰ, ਜ਼ਮੀਨੀ ਸਤਰ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸਾਨੂੰ ਇਹ ਦਿਨ ਦੇਖਣੇ ਨਹੀਂ ਸੀ ਪੈਣੇ। ਕੰਗਣਾ 'ਤੇ ਭਾਰਤੀ ਜਨਤਾ ਪਾਰਟੀ ਦੇ ਆਲ ਇੰਡੀਆ ਪ੍ਰਧਾਨ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਨੇ, ਸਾਡੇ ਓਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ, ਉਹਨਾਂ ਨੇ ਬਹੁਤ ਵਿਸ਼ਵਾਸ ਕੀਤਾ ਸੀ, ਲੇਕਿਨ ਉਹਨੇ ਇਹ ਵਿਸ਼ਵਾਸ ਤੋੜਿਆ। ਕੰਗਣਾ ਕਦੋਂ ਕਿਸਾਨੀ ਅੰਦੋਲਨ ਦੇ ਅੰਦਰ ਗਈ ਸੀ ਉਹਦੇ ਕੋਲ ਦੀ ਵੀ ਲੰਘੀ ਹੈ, ਕਿਸ ਵਿਹਾਵ 'ਤੇ ਕਹਿ ਰਹੀ ਆ ਵੀ ਉੱਥੇ ਕਿਹਨੇ ਉਹਨੂੰ ਜਾ ਕੇ ਸ਼ਿਕਾਇਤ ਕੀਤੀ ਆ। ਅਤੇ ਐਵੇਂ ਆਪਾਂ ਸਸਤੀ ਸ਼ੋਹਰਤ ਹਾਸਲ ਕਰਨ ਲਈ ਕਿਸੇ ਵੱਲ ਉਂਗਲ ਉਠਾਈਏ, ਉਹ ਵੀ ਆਪਣਿਆਂ ਵੱਲ, ਜਿਹੜੇ ਕਿ ਮਿੱਟੀ ਨਾਲ ਮਿੱਟੀ ਹੋ ਕੇ ਅਨਾਜ ਪੈਦਾ ਕਰਦੇ ਹੈਗੇ ਆ, ਅਸੀਂ ਉਹਨਾਂ ਦਾ ਅੰਨ ਖਾ ਕੇ ਅਸੀਂ ਉਹਨਾਂ ਦੇ ਖਿਲਾਫ਼ ਬੋਲ ਰਹੇ ਹੈਗੇ ਹਾਂ, ਅਤੇ ਸਾਡੀ ਮਾਨਸਿਕਤਾ ਦੀ ਜਿਹੜੀ ਹੈਗੀ ਆ ਉਹ ਉੱਥੋਂ ਹੀ ਝਲਕ ਮਿਲਦੀ ਹੈਗੀ ਆ ਵੀ ਅਸੀਂ ਖੜ੍ਹੇ ਕਿੱਥੇ ਹਾਂ ਔਰ ਭਵਿੱਖ ਦੇ ਵਿੱਚ ਅਸੀਂ ਇਸ ਚੀਜ਼ ਨੂੰ ਕਦੇ ਵੀ ਇਹ ਚੰਗਾ ਨਹੀਂ ਮੰਨਾਂਗੇ। ਜਿਹੜੀ ਪਿਕਚਰ ਹੈਗੀ ਆ ਉਹ ਮੈਂ ਕਹਿੰਦਾ ਵੀ ਉਹ ਜ਼ਹਿਰ ਪੈਦਾ ਕਰੂਗੀ ਔਰ ਇਹੋ ਜਿਹੀਆਂ ਪਿਕਚਰਾਂ ਤਾਂ ਬਣਨੀਆਂ ਨਹੀਂ ਚਾਹੀਦੀਆਂ। ਅਗਰ ਇਹ ਵੀਡੀਓ ਆਪਕੋ ਪਸੰਦ ਆਇਆ ਹੈ ਤੋ ਇਸੇ ਲਾਈਕ ਜ਼ਰੂਰ ਕਰੇਂ, ਅਗਰ ਚੈਨਲ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਕਰ ਲੇ ਔਰ ਨੋਟੀਫਿਕੇਸ਼ਨ ਪਾਣੇ ਕੇ ਲਈ ਬੈਲ ਆਈਕਨ ਵੀ ਦਬਾ ਦੇ। ਕਿਸਾਨ ਤੱਕ ਖਾਣਾ ਹੈ ਤੋ ਉਗਾਣਾ ਹੈ, 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 ਕਿਸਾਨ ਤੱਕ ਖਾਣਾ ਹੈ ਤੋ ਉਗਾਣਾ ਹੈ।